ਅੱਜ ਦਾ ਸਾਡੀ ਚਰਚਾ ਦਾ ਵਿਸ਼ਾ ਹੈ ਕਿ IVF ਪ੍ਰੋਸੀਜਰ ਤੋਂ ਬਾਅਦ ਜਦੋਂ ਪੇਸ਼ੈਂਟ ਨੂੰ ਘਰ ਭੇਜ ਦਿੱਤਾ ਜਾਂਦਾ ਹੈ ਤਾਂ ਉਸਨੇ ਕੀ ਪਰਹੇਜ਼ ਕਰਨੇ। ਪਹਿਲੀ ਇਹ ਗੱਲ ਬਹੁਤ ਜ਼ਰੂਰੀ ਹੈ ਸਮਝਣਾ ਕਿ ਬੈੱਡ ਰੈਸਟ ਕਰਨਾ ਬਿਲਕੁਲ ਵੀ ਜ਼ਰੂਰੀ ਨਹੀਂ ਹੈ। ਬਹੁਤ ਸਾਰੇ ਪੇਸ਼ੈਂਟ IVF ਪ੍ਰੋਸੀਜਰ ਇਸ ਕਾਰਨ ਨਹੀਂ ਕਰਾ ਸਕਦੇ ਕਿਉਂਕਿ ਉਹਨਾਂ ਕੋਲ ਘਰ ਵਿੱਚ ਕੋਈ ਹੈਲਪ ਨਹੀਂ ਹੁੰਦੀ ਅਤੇ ਉਹਨਾਂ ਨੂੰ ਆਸ ਪਾਸ ਦੇ ਲੋਕਾਂ ਨੇ ਦੱਸਿਆ ਹੁੰਦਾ ਹੈ ਕਿ ਇਸ ਪ੍ਰੋਸੀਜਰ ਤੋਂ ਬਾਅਦ ਬੈੱਡ ਰੈਸਟ ਕਰਨੀ ਅਤਿਅੰਤ ਜ਼ਰੂਰੀ ਹੈ। ਅਸੀਂ ਅੱਜ ਦੀ ਵੀਡੀਓ ਤੋਂ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਬੈੱਡ ਰੈਸਟ ਜਿਹੜੀ ਹੈ ਉਹ ਬਿਲਕੁਲ ਵੀ ਕਰਨਾ ਜ਼ਰੂਰੀ ਨਹੀਂ ਹੈ। ਬੈੱਡ ਰੈਸਟ ਕਰਨ ਨਾਲ IVF ਦੇ ਰਿਜ਼ਲਟ ਵਧਣ ਦੀ ਬਜਾਏ ਘੱਟ ਜਾਂਦੇ ਹਨ ਕਿਉਂਕਿ ਪੇਸ਼ੈਂਟ ਵਿਹਲਾ ਰਹਿੰਦਾ ਹੈ, ਸਾਰਾ ਦਿਨ ਇਹੀ ਸੋਚਦਾ ਰਹਿੰਦਾ ਹੈ ਕਿ ਇੰਨੇ ਪੈਸੇ ਲੱਗ ਗਏ ਨੇ ਹੁਣ ਕੀ ਬਣੇ। ਉਸ ਤੋਂ ਇਲਾਵਾ ਕੁਝ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਹਨ ਜੋ ਜਨਰਲ ਨੇ ਕਿਉਂਕਿ ਪੇਸ਼ੈਂਟ ਬਹੁਤ ਸਾਰੀਆਂ ਦਵਾਈਆਂ ਖਾ ਰਿਹਾ ਹੁੰਦਾ ਹੈ, ਇਸ ਲਈ ਬਹੁਤ ਜ਼ਿਆਦਾ ਭਾਰੀ ਭਨ ਲੱਗਦਾ ਹੈ। ਅਸੀਂ ਇਹ ਜ਼ਰੂਰ ਕਹਿੰਦੇ ਹਾਂ ਕਿ ਖਾਣਾ ਲਾਈਟ ਰੱਖਿਆ ਜਾਏ, ਸਮਾਲ ਫ੍ਰੀਕੁਐਂਟ ਮੀਲਸ ਯਾਨੀ ਕਿ ਥੋੜ੍ਹੀ ਥੋੜ੍ਹੀ ਦੇਰ ਬਾਅਦ ਥੋੜ੍ਹਾ ਥੋੜ੍ਹਾ ਖਾਣਾ, ਰੈਦਰ ਦੈਨ ਕਿ ਅਸੀਂ ਇੱਕੋ ਟਾਈਮ 'ਤੇ ਬਹੁਤ ਸਾਰਾ ਖਾਣਾ ਖਾ ਲਈਏ। ਉਸ ਤੋਂ ਇਲਾਵਾ ਤੇਲ ਘੱਟ ਖਾਣ ਦੀ ਪਰਹੇਜ਼ ਦੱਸੀ ਜਾਂਦੀ ਹੈ। ਤੇਲ ਖਾਣ ਨਾਲ ਬਹੁਤ ਜ਼ਿਆਦਾ ਉਲਟੀ ਵਰਗਾ ਮਨ ਲੱਗ ਸਕਦਾ ਹੈ ਕਿਉਂਕਿ ਦਵਾਈਆਂ ਬਹੁਤ ਜ਼ਿਆਦਾ ਹੁੰਦੀਆਂ ਹਨ। ਉਸ ਤੋਂ ਇਲਾਵਾ ਪੈਰਾਂ ਦੇ ਭਾਰ ਬੈਠਣ ਦਾ ਪਰਹੇਜ਼ ਦੱਸਿਆ ਜਾਂਦਾ ਹੈ। ਪੌੜੀ ਜਿਹੜੀ ਹੈ ਉਹ ਇੱਕ ਅੱਧੀ ਵਾਰ ਚੜ੍ਹੀ ਜਾ ਸਕਦੀ ਹੈ, ਬਹੁਤ ਜ਼ਿਆਦਾ ਇਹਦੇ ਬਾਰੇ ਸੋਚਣ ਦੀ ਲੋੜ ਨਹੀਂ ਕਿ ਇੱਕ ਦੋ ਪੌੜੀਆਂ ਚੜ੍ਹ ਲਈਏ ਕਿ ਨਹੀਂ ਚੜ੍ਹ ਲਈਏ। ਪੂਰਾ ਦਿਨ 24 ਘੰਟੇ ਜਿੱਦਾਂ ਬਹੁਤ ਜ਼ਿਆਦਾ ਉੱਪਰ ਨੀਚੇ ਕਰਨ ਲਈ ਪਰਹੇਜ਼ ਦੱਸਿਆ ਜਾਂਦਾ ਹੈ, ਪਰ ਥੋੜ੍ਹਾ ਬਹੁਤ ਤੁਰਨ ਫਿਰਨ ਨਾਲ IVF ਦੇ ਰਿਜ਼ਲਟ 'ਤੇ ਕੋਈ ਫਰਕ ਨਹੀਂ। ਖਾਣ ਪੀਣ ਦਾ ਇੱਕ ਹੋਰ ਪਰਹੇਜ਼ ਹੁੰਦਾ ਹੈ ਕਿ ਬਾਹਰ ਦਾ ਖਾਣਾ ਅਵੋਇਡ ਕਰਨਾ ਚਾਹੀਦਾ ਹੈ। ਉਸਦਾ ਰੀਜ਼ਨ ਇਹ ਹੈ ਕਿ ਬਾਹਰ ਦੇ ਖਾਣੇ ਖਾਣ ਨਾਲ ਕਈ ਵਾਰੀ ਲੂਜ਼ ਮੋਸ਼ਨ ਲੱਗ ਜਾਂਦੀ ਹੈ ਜਿਸ ਨਾਲ ਯੂਟਰਸ ਦੀ ਕੰਟ੍ਰੈਕਟਿਲਿਟੀ ਯਾਨੀ ਕਿ ਯੂਟਰਸ ਦੀ ਮੂਵਮੈਂਟ ਵੱਧ ਜਾਂਦੀ ਹੈ, ਇਹ ਵਧੀਆ ਨਹੀਂ ਹੁੰਦਾ। ਉਸ ਤੋਂ ਇਲਾਵਾ ਫਰੂਟਸ ਦਾ ਬਹੁਤ ਲੋਕ ਪੁੱਛਦੇ ਹੈ ਕਿ ਫਰੂਟਸ ਖਾ ਲਈਏ, ਕਿਹੜੇ ਖਾ ਲਈਏ, ਇਹਦੇ ਵਿੱਚ ਕੋਈ ਖਾਸ ਤਵੱਜੋ ਦੇਣ ਦੀ ਲੋੜ ਨਹੀਂ ਹੈ। ਜਿੰਨਾ ਨੋਰਮਲ ਰਿਹਾ ਜਾਏ ਓਨਾ ਚੰਗਾ, ਜਿੰਨਾ ਖੁਸ਼ ਰਿਹਾ ਜਾਏ ਓਨਾ ਚੰਗਾ। ਧੰਨਵਾਦ।